ਨਾਲ ਕੰਸਟਰਕਸ਼ਨ ਕੰਪਨੀ ਚਾਈਨਾ ਦੀ ਮੌਜੂਦ ਹੈ, ਮਕਾਨ ਤਿਆਰ ਕਰ ਰਹੇ ਹਨ ਜੀ। ਇਹਨਾਂ ਕੋਲ ਗੱਲ ਛਲ ਕਰਨੇ ਆ ਤੇ ਮਕਾਨ ਤਿਆਰ ਕਰਨ ਦਾ ਤੁਹਾਨੂੰ ਵਿਖਾਈਨੇ ਆ ਜੀ ਕਿਵੇਂ ਤਿਆਰ ਹੁੰਦਾ। ਆ ਇਹ ਕੁੱਤੇ ਖਲਾ ਜੀ ਕੰਸਟਰਕਸ਼ਨ ਕੰਪਨੀ ਦਾ ਛੱਤ ਬਣਾ ਰਹੀ ਹੈ। ਆ ਵੱਡਾ ਠੇਕੇਦਾਰ ਇਧਰ ਮਿਸਤਰੀ ਸਾਹਿਬ ਹਨ। ਅਸਲਾਮੁ ਅਲੈਕੁਮ ਭਾਈ ਜਾਨ। ਵਾਲੇਕੁਮ ਸਲਾਮ ਜੀ। ਭਾਈ ਜਾਨ ਇਹ ਕਿੱਥੋਂ ਦੀ ਕੰਪਨੀ ਹੈ ਜਿਹੜੀ ਹੈ ਮਕਾਨ ਬਣਾਈਂਦੀ ਖਲੀ ਹੈ? ਚਾਈਨਾ ਕੰਟਰੀ ਟੂ ਇੰਡੀਆ ਹੈ। ਅੱਛਾ, ਇੱਥੇ ਠੇਕਾ ਪਹਿਲੀ ਵਾਰੀ ਲਈ ਆਈ ਨੇ? ਪਹਿਲੀ ਵਾਰੀ ਠੇਕਾ ਲਿਆ ਸੀ ਤਾਂ। ਸੁਣੇ ਚੰਗਾ ਮਕਾਨ ਬਣਾ ਲੈਂਦੇ ਹੋ? ਹਾਂ, ਬਿਹਤਰੀਨ ਬਣਾ ਲੈਂਦੇ ਹਾਂ। ਅਸਾਂ ਕੱਖਾਂ ਦੇ ਤਿਆਰ ਕਰਨੇ ਆ ਤੇ ਇੱਕ ਦਿਨ ਨੇ ਤੁਸੀਂ ਤਿਆਰ ਕਰਨੇ। ਲਓ ਜੀ, ਇਹ ਹੁੱਕੇ ਸ਼ੁੱਕੇ ਨਾਲ ਰੱਖ ਦਿਓ, ਇਹ ਕਿਸ ਸਿਸਟਮ ਹੈ? ਸਾਡੇ ਇਹ ਕਾਰੋਬਾਰ ਸਾਡੀ ਖੁਰਾਕ ਹੈ। ਇਹ ਹੁੱਕੇ ਤੇ ਚੱਲਦੇ ਹੋ, ਰੋਟੀ ਪਾਣੀ ਕੋਈ ਨਹੀਂ ਤੁਹਾਡਾ? ਰੋਟੀ ਪਾਣੀ ਕਿਧਰੋਂ ਲਾਇਆ ਵਾ, ਆਟਾ ਲੱਭਦਾ ਨਹੀਂ, ਖਾਣ ਪੀਣ ਨੂੰ ਹੈ ਕੁਝ ਨਾ, ਮੰਗਿਆ ਹੀ ਇਤਨੀ ਹੋ ਗਈ ਹੈ। ਲਓ ਜੀ, ਇਹਦੀ ਚਾਈਨਾ ਦੀ ਕੰਸਟਰਕਸ਼ਨ ਕੰਪਨੀ ਹੈ, ਤੁਸੀਂ ਕੰਮ ਕਰਾਉਣਾ? ਇੰਨਾ ਕੰਮ ਕਰਵਾਉਣਾ ਅੰਦਰੂਨੀ? ਅੱਛਾ, ਹਾਂ ਸ਼ਟਰਿੰਗ ਕਰਟਰਿੰਗ ਕਿਤਨੀ ਦੇਰ ਤਿਆਰ ਕਰ ਲਈ ਸੋ? ਇਹ ਹੁਣ ਕੀ ਕਰਦੇ ਪਏ ਉਸ ਤੇ? ਮੈਂ ਸ਼ਟਰਿੰਗ ਦੇ ਉੱਤੇ ਛਾਪਾ ਲੈਂਦਾ ਪਿਆ ਜੀ। ਢੇਰ ਮੋਟੀ ਦੀਵਾਰ ਹੁੰਦੀ ਹੈ ਤੇ ਡੈ ਪੰਪ ਸੀ। ਕੀ ਕਰੀਏ, ਤੁਹਾਨੂੰ ਕੀ ਮਸਲਾ ਹੈ? ਉਹ ਤਾਂ ਜਿੰਦੀਆਂ ਹੋਣੀਆਂ, ਤੁਸੀਂ ਬਣਾਈਓ, ਤੁਸੀਂ ਤਾਂ ਮਿਸਤਰੀ ਹੋ। ਅਸੀਂ ਗਰੀਬ ਬੰਦੇ ਆ, 100 ਰੁਪਏ ਦਿਹਾੜੀ ਕਮਾਉਣ ਵਾਲੇ ਤੇ ਖੰਡ ਮਿਲਦੀ ਹੈ 120 ਰੁਪਏ ਕਿਲੋ। ਮਾਫੀ, ਅੱਲਾ ਮਾਫੀ, ਗੰਨੇ ਦਾ ਰੇਟ ਕਾਈ ਨਾ ਕਦੇ। ਚਲੋ ਜੀ, ਆਇਆ ਬਈ ਵੇਲਿਆ ਇੱਕ ਤੇਰਾ ਕੰਮ ਹੁੰਦਾ ਕੱਲ? ਹਾਂ ਜੀ, ਮੇਰਾ ਕੰਮ ਹੈ। ਚੌਕੀ ਇਹਨਾਂ ਨੂੰ ਪੈਸਾ ਦਿੱਤਾ ਹੀ ਇੱਕ? ਇਹਨਾਂ ਨੂੰ ਪੈਸਾ ਦੱਸਿਆ ਜੀ 100 ਰੁਪਏ। ਮਾਫੀ, ਮੇਰਾ ਅੱਲਾ। ਹੈ ਵੇਖੋ ਜੀ, ਇਹ ਕੰਸਟਰਕਸ਼ਨ ਕੰਪਨੀ ਦਾ ਕੰਮ ਹੋਇਆ ਖਲਾ ਜੀ, ਛੋਟਾ ਜਿਹਾ ਬੱਚਾ ਹੈ, ਉਹਦਾ ਹੀ ਮਿਸਤਰੀ ਚੈੱਕ ਕਰ ਰਹੀ ਹੈ। ਇੱਦਾਂ ਹੀ ਵੇਖੋ ਇਹਨਾਂ ਨੂੰ, ਛੋਟਾ ਮਕਾਨ ਹੈ।